ਉਹ ਸਾਡੇ ਪਲਾਟਾਂ 'ਤੇ ਨਹੀਂ ਹਮਲਾ ਕਰਦੇ ਨੇ, ਸਰਕਾਰ ਦੇ ਕੁਛ ਨੁਮਾਇੰਦਿਆਂ ਨਾਲ ਮਿਲ ਜੁਲ ਕੇ ਰਿਸ਼ਵਤ ਦਿੰਦੇ ਨੇ, ਚਾਹੇ ਜਿਵੇਂ ਮਰਜ਼ੀ। ਕਦੇ ਕਹਿੰਦੇ ਨੇ ਤੁਹਾਡੇ ਮਣਿਆਵਾਂਗੇ, ਕਦੇ ਕਹਿੰਦੇ ਨੇ ਤੁਹਾਡੇ ਢੁਹਾਵਾਂਗੇ। ਸਾਨੂੰ ਰੋਜ਼ ਧਮਕੀਆਂ ਦਿੰਦੇ ਨੇ 4-5 ਮਹੀਨਿਆਂ ਤੋਂ ਲਾ ਕੇ। ਕਿੰਨਾ ਵੱਲੋਂ ਤੰਗ ਕੀਤਾ ਯਾਰ ਤੁਹਾਨੂੰ? ਇਹ ਤਾਂ ਜੀ ਪਿੰਡ ਦੇ ਕੁਛ ਕੁ ਬੰਦੇ ਨੇ ਜੀ, ਜਿਹੜਿਆਂ ਨੇ ਆਪ ਸ਼ਿਆਮ ਲਾਟ ਜ਼ਮੀਨ ਦੱਬੀ ਹੋਈ ਆ। 2 ਮਹੀਨਿਆਂ ਬਾਅਦ ਦੇ ਆਉਂਦੇ ਨੇ ਜੀ ਅਰਜ਼ੀ ਵੀ ਇਹਨਾਂ ਦੇ ਘਰ ਢਾਹੇ ਜਾਣ ਜੀ, ਇਹਨਾਂ ਨੂੰ ਇੱਥੋਂ ਉਜਾੜਿਆ ਜਾਵੇ ਜੀ। ਅਤੇ ਇਸ ਪਰਿਵਾਰਾਂ ਨੂੰ ਉਜਾੜਨ ਦਾ ਮਤਲਬ ਹੈ ਕਿ ਮੈਨੂੰ ਉਜਾੜਨਾ ਹੈ। ਇਹ ਘਰ ਨੇ ਇਹਨਾਂ ਦਾ ਕਬਜ਼ਾ ਨਹੀਂ ਹੈ, ਇਹਨਾਂ ਨੂੰ ਅਲੋਟ ਕੀਤੀ ਗਈ ਹੈ। ਬਾਕਾਇਦਾ ਉਹਨਾਂ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਨੇ, ਬਾਕਾਇਦਾ ਉਹਨਾਂ ਘਰਾਂ ਦੇ ਵਿੱਚ ਪਾਣੀ ਦੇ ਕਨੈਕਸ਼ਨ ਨੇ, ਬਾਕਾਇਦਾ ਉਹਨਾਂ ਘਰਾਂ ਦੇ ਸਾਹਮਣੇ ਗਲੀਆਂ ਬਣੀਆਂ ਹੋਈਆਂ ਨੇ, ਬਾਕਾਇਦਾ ਨਾਲੀਆਂ ਬਣੀਆਂ ਹੋਈਆਂ ਨੇ। ਸੋ ਸਾਰਿਆਂ ਨੂੰ ਉਹ ਬਿਜਲੀ ਦੇ ਮੀਟਰ ਬਿੱਲ ਦਿੰਦੇ ਨੇ, ਇੰਨੇ ਇੰਨੇ ਸਾਲਾਂ ਤੋਂ ਭਰ ਰਹੇ ਨੇ। ਕੀ ਸਰਕਾਰ ਉਦੋਂ ਸੁੱਤੀ ਪਈ ਸੀ? ਕੀ ਲੱਗਦਾ ਹੈਗਾ ਤੁਹਾਨੂੰ, ਕੋਈ ਪੋਲੀਟੀਕਲ ਪ੍ਰੈਸ਼ਰ ਦੇ ਕਾਰਨ ਹੋ ਰਿਹਾ ਇਹ? ਕੋਈ ਜਾਂ ਗਰੀਬ ਪਰਿਵਾਰ ਨੇ ਜਿਹੜੇ ਉੱਥਾਂ, ਉਹਨਾਂ ਨੂੰ ਜਿਹੜੀ ਹੈਗੀ ਆ ਮਾਰਨ ਦੀ ਗੱਲ ਕੀਤੀ ਜਾ ਰਹੀ ਹੈਗੀ ਆ? ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਅਸੀਂ ਉਹਨਾਂ ਦੇ ਮੂਹਰੇ ਖੜ੍ਹੇ ਹਾਂ। ਮੇਰਾ ਪਿੰਡ ਹੈ, ਮੇਰੇ ਪਰਿਵਾਰ ਨੇ, ਸਾਡਾ ਇਲਾਕਾ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਤੌਰ 'ਤੇ ਵੀ ਨਿੱਜੀ ਤੌਰ 'ਤੇ ਸਾਡੀ ਜਾਨ ਜਾਊਗੀ, ਪਰ ਇਹਨਾਂ ਦੇ ਘਰ ਨਹੀਂ ਛੱਡਣ ਦੇਵਾਂਗੇ। ਇੱਕ ਇੱਟ ਵੀ ਕਿਸੇ ਪਾਸੇ ਕਿਸੇ ਪ੍ਰੋਜੈਕਟ ਦੇ ਉੱਪਰ ਲੱਗੀ ਹੋਵੇ ਤਾਂ ਦਿਖਾ ਦੇਣੇ ਕਾਂਗਰਸੀ। ਇਹਨਾਂ ਦਾ ਕੰਮ ਕੀ ਹੈ? ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਸਾਡੀ ਸਰਕਾਰ ਗਈ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਨੂੰ 3 ਤੋਂ ਵੱਧ ਦਾ ਸਮਾਂ ਹੋ ਗਿਆ। ਤੁਸੀਂ 3 ਤੋਂ ਵੱਧ ਰਾਜ ਭੋਗਿਆ, ਤੁਸੀਂ ਇਹ ਦੱਸੋ ਤੁਸੀਂ 3 'ਚ ਕੀ ਕੀਤਾ? ਸੰਗਰੂਰ ਦੇ ਵਿੱਚ ਪ੍ਰਸ਼ਾਸਨ ਹੈ, ਲੱਗਦਾ ਤੁਹਾਨੂੰ ਕਿ ਪ੍ਰਸ਼ਾਸਨ ਨਜ਼ਰ ਆਉਂਦਾ ਹੈਗਾ? ਕਿਉਂਕਿ ਐਡਾ ਵੱਡਾ ਹਾਦਸਾ ਸੰਗਰੂਰ ਦੇ ਵਿੱਚ ਵਾਪਰ ਕੇ ਹਟਿਆ, ਜਦੋਂ ਕੋਈ ਘਟਨਾ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ, ਤਾਂ ਪ੍ਰਸ਼ਾਸਨ ਵੱਡੀਆਂ ਵੱਡੀਆਂ ਗੱਲਾਂ ਕਰਦਾ, ਪਰ ਲੇਕਿਨ 400 ਪਰਿਵਾਰਾਂ ਨੂੰ ਉਜਾੜਨ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹਜੇ ਤੱਕ ਸਾਹਮਣੇ ਨਹੀਂ ਆਇਆ। ਇਹ ਪਰਿਵਾਰਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਨਹੀਂ ਉਹਨਾਂ ਨੇ ਕਾਇਮ ਕੀਤਾ। ਕੀ ਲੱਗਦਾ ਤੁਹਾਨੂੰ ਸੰਗਰੂਰ ਦੇ ਵਿੱਚ ਪ੍ਰਸ਼ਾਸਨ ਹੈਗਾ? ਸੰਗਰੂਰ 'ਚ ਨਹੀਂ, ਪੂਰੇ ਪੰਜਾਬ 'ਚ ਹੀ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੰਗਰੂਰ ਦੇ ਪਿੰਡ ਖੜਿਆਲ ਦਾ ਜੋ 400 ਦਲਿਤ ਪਰਿਵਾਰਾਂ ਦਾ ਜਿਹੜਾ ਮਾਮਲਾ ਸੀਗਾ, ਉਹ ਕਾਫੀ ਜਿਹੜਾ ਹੈਗਾ ਸੰਗੀਨ ਰੂਪ ਧਾਰਦਾ ਨਜ਼ਰ ਆ ਰਿਹਾ ਹੈਗਾ, ਕਿਉਂਕਿ ਜਿਹੜੇ ਦਲਿਤ ਪਰਿਵਾਰ ਨੇਗੇ ਉਹਨਾਂ ਦੇ ਘਰ ਛਡਵਾਉਣ ਦੀ ਜਿਹੜੀ ਗੱਲ ਕੁਛ ਲੋਕਾਂ ਵੱਲੋਂ ਕਹੀ ਜਾ ਰਹੀ ਸੀਗੀ, ਪਰ ਲੇਕਿਨ ਹੁਣ ਪਿੰਡ ਦੇ ਹੀ ਕੁਛ ਲੋਕ ਨੇ ਜਿਹੜੇ ਰਾਜਨੀਤਿਕ ਲੋਕਾਂ ਦਾ ਜਿਹੜਾ ਸਹਾਰਾ ਲੈਣ ਲੱਗੇ ਨੇ, ਕਿਉਂਕਿ ਇਹਨਾਂ ਨੂੰ ਲੱਗ ਰਿਹਾ ਕਿ ਜਿਹੜੇ ਸਾਡੇ ਘਰ ਨੇਗੇ ਕਿਤੇ ਉਹ ਸਾਡੇ ਕਾਰਨ ਜਿਹੜੇ ਅਸੀਂ ਆਪਣੇ ਬੇਘਰ ਨਾ ਹੋ ਜਾਈਏ ਉਹਨਾਂ ਘਰਾਂ ਨੂੰ ਲੈ ਕੇ। ਇਸ ਲਈ ਅੱਜ ਕੁਛ ਪਿੰਡ ਦੇ ਨੌਜਵਾਨ ਨੇ ਜਿਹੜੇ ਆਗੂ ਆਪਾਂ ਕਹਿ ਲਈਏ ਕਿ ਉਹ ਜਿਹੜੇ ਹੈਗੇ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਨਰਜੀਤ ਸਿੰਘ ਗੋਲਡੀ ਹੋਰਾਂ ਨੂੰ ਮਿਲਣ ਦੇ ਲਈ ਆਏ ਨੇ, ਉਹਨਾਂ ਦੀ ਮਦਦ ਲੈਣ ਦੇ ਲਈ ਆਏ ਨੇ। ਆਪਾਂ ਗੱਲਬਾਤ ਸ਼ੇਰ ਸਿੰਘ ਨਾਲ ਕਰਾਂਗੇ। ਸ਼ੇਰ ਸਿੰਘ ਜੀ, ਕਿਸ ਤਰ੍ਹਾਂ ਵਿਨਰਜੀਤ ਗੋਲਡੀ ਹੋਰਾਂ ਲਵੇ ਤੁਸੀਂ ਆਏ ਹੋਏ ਹੋ, ਕੀ ਗੱਲਬਾਤ ਰੱਖਣੀ ਹੈਗੀ ਇਹਨਾਂ ਨਾਲ? ਗੱਲਬਾਤ ਤਾਂ ਅਸੀਂ ਇਹੀ ਰੱਖਣ ਆਏ ਹਾਂ ਜੀ ਇਹਨਾਂ ਲਵੇ, ਵੀ ਜਿਹੜਾ ਸਾਡੇ ਪਿੰਡ ਦਾ ਮਸਲਾ ਹੈ ਜੀ, ਲਗਭਗ 400 ਘਰ ਹੈਗਾ ਜੀ ਜਿਹੜਾ, ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਜਾੜਨ ਦੀਆਂ, ਘਰ ਢਾਉਣ ਦੀਆਂ, ਵੀ ਜਿਹੜਾ ਗੰਭੀਰ ਮਸਲਾ ਬਣਿਆ ਹੋਇਆ ਅਸੀਂ ਇਹਨਾਂ ਲਵੇ ਆਏ ਹਾਂ ਵੀ ਸਾਡੀ ਉਹਦੇ ਵਿੱਚ ਮਦਦ ਕਰਨ ਜੀ, ਗਰੀਬ ਲੋਕਾਂ ਦੀ ਮਦਦ ਕਰਨ ਜੀ। ਕਿੰਨਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ? ਕੀ ਲੱਗਦਾ ਤੁਹਾਨੂੰ, ਕੋਈ ਪੋਲੀਟੀਕਲ ਪ੍ਰੈਸ਼ਰ ਹੈਗਾ ਇਹਦੇ ਵਿੱਚ? ਹਾਂਜੀ ਹਾਂ, ਇਹ 'ਚ ਪੋਲੀਟੀਕਲ ਪ੍ਰੈਸ਼ਰ ਹੈ ਜੀ। ਕੁਛ ਬੰਦੇ ਹੈਗੇ ਨੇ ਜੀ ਜਿਹੜਿਆਂ ਨੇ ਆਪ ਸ਼ਿਆਮ ਲਾਟ ਦੱਬੀ ਹੋਈ ਹੈ ਜੀ, ਉਹ ਆਪਣੀ ਸ਼ਿਆਮ ਲਾਟ ਬਚਾਉਣ ਦੇ ਲਈ ਤਾਂ ਉਹ ਗਰੀਬ ਲੋਕਾਂ 'ਤੇ ਉਹ ਕਰਦੇ ਨੇ ਜੀ, ਪਹਿਲਾਂ ਇਹਨਾਂ ਤੋਂ ਛਡਾਓ ਵੀ ਫਿਰ ਅਸੀਂ ਛੱਡਾਂਗੇ ਜੀ। ਅਗਲਾ ਸੰਘਰਸ਼ ਜਿਹੜਾ ਤੁਸੀਂ ਕੀ ਵਿੱਢਣ ਜਾ ਰਹੇ ਹੈਗੇ ਹੋ, ਕੋਈ ਲੱਗਦਾ ਕੋਈ ਪ੍ਰੋਟੈਸਟ ਵਗੈਰਾ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੇ?
ਹਾਂਜੀ ਹਾਂ, ਜੇ ਸਾਡਾ ਕੁਛ ਨਾ ਕਰਿਆ ਸਰਕਾਰ ਨੇ ਲਾ ਲਓ ਜੀ, ਤਾਂ ਅਸੀਂ ਵੱਡਾ ਸੰਘਰਸ਼ ਵਿੱਢਾਂਗੇ ਜੀ। ਸੋ ਸਾਡੇ ਨਾਲ ਵਿਨਰਜੀਤ ਸਿੰਘ ਗੋਲਡੀ ਨੇ, ਅਕਾਲੀ ਦਲ ਦੇ ਸੀਨੀਅਰ ਨੇਤਾ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਜਿਹੜੇ ਗਰੀਬ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਇਹਨਾਂ ਦਾ ਕਿਸ ਤਰ੍ਹਾਂ ਦਾ ਯਤਨ ਰਹੂਗਾ। ਗੋਲਡੀ ਜੀ, ਪਹਿਲਾਂ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ। ਥੈਂਕ ਯੂ ਜੀ, ਧੰਨਵਾਦ ਬਹੁਤ ਬਹੁਤ। ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਡੇ ਨਾਲ ਗੱਲਬਾਤ ਇਹਨਾਂ ਨੇ ਕੀਤੀ ਹੈਗੀ ਆ, ਕਿਉਂਕਿ 400 ਪਰਿਵਾਰਾਂ ਦਾ, ਦਲਿਤ ਪਰਿਵਾਰਾਂ ਦਾ ਮਾਮਲਾ ਹੈਗਾ, ਵੱਡੀ ਗੱਲ ਹੈਗੀ ਹੈਗੀ, ਇਹਨਾਂ ਨੂੰ ਉਜਾੜਨ ਦੀ ਕਗਾਰ ਦੇ ਉੱਪਰ ਲਿਆ ਦਿੱਤਾ ਹੈਗਾ, ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵੱਲੋਂ ਸਹਿਯੋਗ ਦਿੱਤਾ ਜਾਏਗਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਕਿਉਂਕਿ ਖਡਿਆਲ ਪਿੰਡ ਜਿਹੜਾ ਮੇਰਾ ਆਪਣਾ ਪਿੰਡ ਹੈ, ਮੈਂ ਉੱਥੇ ਦਾ ਜੰਮਪਲ ਹਾਂ, ਉਹਨਾਂ ਗਲੀਆਂ 'ਚ ਹੀ ਖੇਡਿਆ, ਅਤੇ ਮੈਂ ਇੱਕ ਇੱਕ ਪਰਿਵਾਰ ਦੇ ਨਾਲ ਨਿੱਜੀ ਤੌਰ 'ਤੇ ਮੇਰਾ ਆਪਣਾ ਪਿਆਰ ਹੈ, ਅਤੇ ਇਸ ਪਰਿਵਾਰਾਂ ਨੂੰ ਉਜਾੜਨ ਦਾ ਮਤਲਬ ਹੈ ਕਿ ਮੈਨੂੰ ਉਜਾੜਨਾ। ਸੋ ਇਹ ਲੜਾਈ ਲਈ ਜਿੱਥੇ ਮੈਂ ਆਪਣੇ ਨਿੱਜੀ ਤੌਰ 'ਤੇ ਅਤੇ ਉੱਥੇ ਪਾਰਟੀ ਤੌਰ 'ਤੇ ਵੀ, ਕਿਉਂਕਿ ਕੋਈ ਗਲਤ ਨਹੀਂ ਕਰ ਰਹੇ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਰਦਾਰ ਆਲਾ ਸਿੰਘ ਹੋਰੀ ਬੜੇ ਸਾਡੇ ਜਥੇਦਾਰ ਸਾਹਿਬ ਪੁਰਾਣੇ ਸਰਪੰਚ ਰਹੇ, ਉਹਨਾਂ ਨੇ ਗਰੀਬ ਪਰਿਵਾਰਾਂ ਨੂੰ ਪਲੋਟ ਅਲੋਟ ਕੀਤੇ ਸੀ, ਪੰਚਾਇਤੀ ਜ਼ਮੀਨ 'ਚੋਂ ਅਲੋਟ ਕੀਤੇ ਜਦੋਂ ਉਹ ਐਜ਼ ਏ ਸਰਪੰਚ ਰਹੇ ਨੇ। ਸੋ ਉਹਨਾਂ ਨੇ ਜਦੋਂ ਇਹ ਪਲੋਟ ਅਲੋਟ ਕੀਤੇ, ਠੀਕ ਆ, ਉਸ ਸਮੇਂ 'ਤੇ ਇਹ ਚੀਜ਼ਾਂ ਰਹੀਆਂ ਕਿ ਕੋਈ ਕਾਗਜ਼ੀ ਪੱਤਰੀ ਉਹਨਾਂ ਨੇ ਬਹੁਤੀ ਕਾਰਵਾਈ ਨਹੀਂ ਕੀਤੀ, ਪਰੰਤੂ ਮਤਾ ਪੰਚਾਇਤ ਦਾ ਪਾ ਕੇ ਇਹ ਪਲੋਟ ਅਲੋਟ ਕੀਤੇ। ਉਹ ਤੋਂ ਬਾਅਦ ਜਿਹੜੇ ਅੱਜ ਜਿਹੜੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਪੰਚਾਇਤੀ ਜ਼ਮੀਨਾਂ ਦੇ ਉੱਪਰ ਕਬਜ਼ੇ ਦਾ ਜਿਹੜਾ ਕੰਮ ਚੱਲ ਰਿਹਾ ਜਾਂ ਕਬਜ਼ੇ ਦੀ ਛੁਡਾਉਣ ਦੀ ਗੱਲ ਚੱਲ ਰਹੀ ਹੈ, ਕੋਈ ਦੋ ਰਾਏ ਨਹੀਂ, ਸਰਕਾਰ ਪੰਚਾਇਤ ਦੀ ਜ਼ਮੀਨਾਂ ਪੰਚਾਇਤ ਨੂੰ ਮਿਲਣੀ ਚਾਹੀਦੀ ਹੈ, ਪਰ ਸਭ ਤੋਂ ਪਹਿਲਾਂ ਜਿਹੜੀ ਹੈ ਖੇਤੀਬਾੜੀ ਵਾਲੀ ਜ਼ਮੀਨ ਮਿਲਣੀ ਚਾਹੀਦੀ ਹੈ, ਜਿਹਦੇ 'ਤੇ ਲੋਕਾਂ ਦਾ ਬੇਨਜਾਇਜ਼ ਜਿਹੜਾ ਜੇ ਕਹਿ ਸਕਦੇ ਨਜਾਇਜ਼ ਕਬਜ਼ਾ ਜਿਹੜਾ, ਉਹਨੂੰ ਛੁਡਾਉਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਇਹ ਕਰਨੇ, ਇਹਨਾਂ ਦਾ ਕਬਜ਼ਾ ਨਹੀਂ ਹੈ, ਇਹਨਾਂ ਨੂੰ ਅਲੋਟ ਕੀਤੀ ਗਈ ਹੈ, ਬਕਾਇਦਾ ਉਹਨਾਂ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਨੇ, ਬਕਾਇਦਾ ਉਹਨਾਂ ਘਰਾਂ ਦੇ ਵਿੱਚ ਪਾਣੀ ਦੇ ਕਨੈਕਸ਼ਨ ਨੇ, ਬਕਾਇਦਾ ਉਹਨਾਂ ਘਰਾਂ ਦੇ ਸਾਹਮਣੇ ਗਲੀਆਂ ਬਣੀਆਂ ਹੋਈਆਂ ਨੇ, ਬਕਾਇਦਾ ਨਾਲੀਆਂ ਬਣੀਆਂ ਹੋਈਆਂ ਨੇ। ਸੋ ਸਾਰਿਆਂ ਨੂੰ ਉਹ ਬਿਜਲੀ ਦੇ ਮੀਟਰ ਬਿੱਲ ਦਿੰਦੇ ਨੇ, ਇੰਨੇ ਇੰਨੇ ਸਾਲਾਂ ਤੋਂ ਭਰ ਰਹੇ ਨੇ, ਕੀ ਸਰਕਾਰ ਉਦੋਂ ਸੁੱਤੀ ਪਈ ਸੀ? ਕੀ ਸਰਕਾਰ ਨੇ ਜਿਹੜੇ ਬੰਦੇ, ਉਹੀ ਪੰਚਾਇਤ ਨੇ, ਜਦੋਂ ਮੀਟਰ ਇਹ ਲੱਗਦਾ ਹੈ ਤਾਂ ਪੰਚਾਇਤ ਉਹਨਾਂ ਨੂੰ ਫੋਰਮ ਭਰ ਕੇ ਦਿੰਦੀ ਹੈ, ਅਤੇ ਫੋਰਮ ਦੇ ਉੱਪਰ ਸਾਈਨ ਕਰਕੇ ਦਿੰਦੀ ਹੈ ਤਾਂ ਮੀਟਰ ਲੱਗਦਾ, ਇਟ ਮੀਨਸ ਉਹਨਾਂ ਨੂੰ ਜੈਨੂਨ ਆ ਤਾਂ ਹੀ ਲੱਗਦਾ, ਅਤੇ 400 ਘਰ ਬਣੇ ਆ ਉਸੇ ਰਾਸਤੇ ਦੇ ਵਿੱਚ। ਫਿਰ ਗ੍ਰਾਂਟਾਂ ਜਿਹੜੀਆਂ ਪਿਛਲੇ ਸਰਕਾਰਾਂ ਦੇ ਵਿੱਚ ਆਉਂਦੀਆਂ ਨੇ, ਜੇ ਅੱਜ ਤੁਸੀਂ ਗੱਲ ਕਰਦੇ ਹੋ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਸਾਡੀ ਸਰਕਾਰ ਰਹੀ, ਉਹਦੇ 'ਚ ਵੀ ਆਈਆਂ, ਹੁਣ ਵੀ ਕਿਤੇ ਕੋਈ ਨਾ ਕੋਈ 4 ਪੈਸੇ ਲੱਗੇ ਹੋਣਗੇ। ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਰਹੀ ਆ, ਉਦੋਂ ਵਾਰੀ 1988 ਤੋਂ ਪਹਿਲਾਂ ਦਿੱਤੇ ਹੋਏ ਨੇ ਇਹ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਜਦੋਂ ਇਹਨਾਂ ਨੂੰ ਗ੍ਰਾਂਟਾਂ ਦੇ ਤੌਰ 'ਤੇ ਇੱਕ ਬਕਾਇਦਾ ਉਹਦੀ ਆਡਿਟ ਹੋ ਕੇ ਪੰਚਾਇਤਾਂ ਵੱਲੋਂ ਪਿਆ ਹੋਇਆ, ਤਾਂ ਫਿਰ ਉਹ ਨਜਾਇਜ਼ ਕਿਵੇਂ ਹੋ ਗਈਆਂ? ਨਜਾਇਜ਼ ਉਹ ਹੈ ਜਿਹਦੇ ਜਿਹੜੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ, ਜਿਹੜੀਆਂ ਚੀਜ਼ਾਂ ਦੇ ਉੱਪਰ ਜਿਹੜੇ ਲੋਕ ਜਿਹੜੇ ਨੇ, ਮੈਂ ਕਿਸੇ ਨਾਲ ਮੇਰਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈ, ਪੰਚਾਇਤ ਦੀ ਜ਼ਮੀਨ ਜੇ ਆਊਗੀ ਪੰਚਾਇਤ ਕੋਲ ਆਊਗੀ ਤਾਂ ਪੰਚਾਇਤ ਦਾ ਪੈਸਾ ਪਿੰਡ ਦੀ ਤਰੱਕੀ 'ਤੇ ਲੱਗੂਗਾ। ਕੀ ਲੱਗਦਾ ਹੈਗਾ ਤੁਹਾਨੂੰ, ਕੋਈ ਪੋਲੀਟੀਕਲ ਪ੍ਰੈਸ਼ਰ ਦੇ ਕਾਰਨ ਹੋ ਰਿਹਾ ਇਹ, ਕੋਈ ਜਾਂ ਗਰੀਬ ਪਰਿਵਾਰ ਨੇ ਜਿਹੜੇ ਉੱਥਾਂ ਉਹਨਾਂ ਨੂੰ ਜਿਹੜੀ ਹੈਗੀ ਆ ਮਾਰਨ ਦੀ ਗੱਲ ਕੀਤੀ ਜਾ ਰਹੀ ਹੈਗੀ ਆ? ਬਹੁਤ ਵੱਡੀ, ਮੈਨੂੰ ਹੁਣੇ ਪਤਾ ਲੱਗਿਆ ਕਿ ਧਮਕੀ ਦਿੱਤੀ ਜਾ ਰਹੀ ਆ ਪਰਿਵਾਰਾਂ ਨੂੰ। ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਅਸੀਂ ਉਹਨਾਂ ਦੇ ਮੂਹਰੇ ਖੜ੍ਹੇ ਹਾਂ, ਮੇਰਾ ਪਿੰਡ ਹੈ, ਮੇਰੇ ਪਰਿਵਾਰ ਨੇ, ਸਾਡਾ ਇਲਾਕਾ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਤੌਰ 'ਤੇ ਵੀ ਨਿੱਜੀ ਤੌਰ 'ਤੇ ਸਾਡੀ ਜਾਨ ਜਾਊਗੀ, ਪਰ ਇਹਨਾਂ ਦੇ ਘਰ ਨਹੀਂ ਛੱਡਣ ਦੇਵਾਂਗੇ, ਘਰਾਂ 'ਤੇ ਜਿਹੜੇ ਢਾਉਣ ਨਹੀਂ ਦੇਵਾਂਗੇ। ਅੱਜ ਲੱਖਾਂ ਰੁਪਈਆ ਲਾ ਕੇ ਇਹਨਾਂ ਨੇ ਘਰ ਬਣਾਏ ਨੇ, ਉਦੋਂ ਸਰਕਾਰਾਂ ਸੁੱਤੀਆਂ ਪਈਆਂ ਸੀਆਂ, ਉਦੋਂ ਕਿੱਥੇ ਸੀਆਂ ਸਰਕਾਰਾਂ ਜਦੋਂ ਇਹਨਾਂ ਦੇ ਘਰ ਬਣਦੇ ਸੀ, ਉਦੋਂ ਰੋਕਦੇ ਇਹਨਾਂ ਨੂੰ ਆ ਕੇ ਜੇ ਕਿਸੇ ਨੂੰ ਤਕਲੀਫ ਸੀ? ਜਿਹੜੇ ਹੁਣ ਇੰਨਾ ਕਹਿੰਦੇ ਸਾਰੇ ਬੰਦੇ ਮਿਹਨਤਕਸ਼ ਲੋਕ ਨੇ ਜਿਨ੍ਹਾਂ ਨੇ ਆਪਣੇ ਮੰਦਰ ਗੁਰਦੁਆਰੇ ਘਰ ਪਰਿਵਾਰ ਸਭ ਉੱਥੇ ਬਣਾਏ ਹੋਏ ਨੇ, ਸੋ ਇਸ ਗੱਲ 'ਤੇ ਕੋਈ ਬੰਦਾ ਜਿਹੜਾ ਇਹ ਕਿੰਤੂ ਪਰੰਤੂ ਨਹੀਂ ਕਰ ਸਕਦਾ। ਦੂਸਰੀ ਗੱਲ ਜਿਹੜੀ ਹੈ, ਸਰਕਾਰਾਂ ਨੇ ਕੀ ਕੰਮ ਕਰਦੀ ਆ? ਕਾਂਗਰਸ ਸਰਕਾਰ ਇਹ ਕਹਿੰਦੀ ਅਸੀਂ ਕਬਜ਼ੇ ਛਡਾਵਾਂਗੇ, ਕਬਜ਼ੇ ਛਡਾ ਕੇ ਉਹ ਜ਼ਮੀਨਾਂ ਨੂੰ ਅਸੀਂ ਅੱਗੇ ਵੇਚਾਂਗੇ ਇੰਡਸਟਰੀਅਲਿਸਟ ਨੂੰ। ਉਹ ਇੰਡਸਟਰੀਅਲਿਸਟ ਹੋਰ ਬਹੁਤ ਜ਼ਮੀਨ ਪਈ ਆ ਪੰਜਾਬ ਦੇ ਵਿੱਚ, ਇੰਡਸਟਰੀ ਲਾਉਣੀ ਉੱਥੇ ਤਾਂ ਲਾ ਦਿਉ, ਪਹਿਲਾਂ ਇਹਨਾਂ ਨੂੰ ਛਡਾ ਕੇ। ਮੈਂ ਕਹਿੰਦਾ ਪੰਚਾਇਤਾਂ ਦੀ ਜ਼ਮੀਨ ਪੰਚਾਇਤਾਂ ਨੂੰ ਛਡਾ ਕੇ ਖੇਤੀਬਾੜੀ ਵਾਲੀ,
ਜਿੱਥੇ ਘਰ ਬਣੇ ਨੇ ਉੱਥੇ ਕੋਈ ਹੱਕ ਨਹੀਂ ਬਣਦਾ ਕਿਸੇ ਦਾ, ਜਿਹਨੇ ਘਰ ਪਾਇਆ ਹੋਇਆ ਉਹਦਾ ਕੋਈ ਘਰ ਨਹੀਂ ਛੱਡਣਾ ਚਾਹੀਦਾ। ਪਰੰਤੂ ਹਾਂ, ਜਿੱਥੇ ਖੇਤੀਬਾੜੀ ਵਾਲੀ ਜ਼ਮੀਨ ਦੱਬੀ ਹੈ ਉਹਨੂੰ ਛੱਡਾ ਕੇ ਉਹਦਾ ਜਿਹੜਾ ਠੇਕਾ ਆਊਗਾ ਉਹਦੀ ਜਿਹੜੀ ਕਮਾਈ ਆਊਗੀ ਉਹ ਪੰਚਾਇਤ ਕੋਲ ਜਾਵੇ ਅਤੇ ਪੰਚਾਇਤਾਂ ਜਿਹੜੀਆਂ ਨੇ ਉਹ ਪਿੰਡ ਦੇ ਤਰੱਕੀ 'ਤੇ ਲਾਉਣ। ਵਿਰੋਧੀ ਇਹ ਵੀ ਜਿਹੜੇ ਸਵਾਲ ਉਠਾ ਰਹੇ ਹੈਗੇ ਨੇ ਕਾਂਗਰਸ ਸਰਕਾਰ ਦੇ ਉੱਪਰ, ਉਹਨਾਂ ਦਾ ਕਹਿਣਾ ਕਿ ਕਾਂਗਰਸ ਸਰਕਾਰ ਨੇ ਹਜੇ ਤੱਕ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ ਜਿਹਦੇ ਨਾਲ ਕਿ ਆਮ ਲੋਕਾਂ ਨੂੰ ਕੋਈ ਲਾਹਾ ਮਿਲ ਸਕੇ, ਸਗੋਂ ਕਈ ਫੈਸਿਲਿਟੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ, ਕੀ ਇਹ ਵੀ ਤੁਸੀਂ ਜਾਇਜ਼ ਮੰਨਦੇ ਹੋ ਗੱਲ ਨੂੰ? ਇਹ 'ਚ ਕੋਈ ਦੋ ਰਾਇ ਨਹੀਂ ਹੈ। ਪਿਛਲੇ 3 ਸਾਲਾਂ 'ਚ ਕੋਈ ਇੱਕ ਇੱਟ ਵੀ ਲੱਗੀ ਹੋਵੇ, ਇੱਕ ਇੱਟ ਵੀ ਕਿਸੇ ਪਾਸੇ ਕਿਸੇ ਪ੍ਰੋਜੈਕਟ ਦੇ ਉੱਪਰ ਲੱਗੀ ਹੋਵੇ ਤਾਂ ਦਿਖਾ ਦੇਣੇ ਕਾਂਗਰਸੀ। ਇਹਨਾਂ ਦਾ ਕੰਮ ਕੀ ਹੈ? ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਸਾਡੀ ਸਰਕਾਰ ਗਈ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਤੁਸੀਂ 3 ਸਾਲ ਤੋਂ ਵੱਧ ਰਾਜ ਭੋਗਿਆ, ਤੁਸੀਂ ਇਹ ਦੱਸੋ ਤੁਸੀਂ 3 ਸਾਲਾਂ 'ਚ ਕੀ ਕੀਤਾ? 3 ਸਾਲਾਂ ਦੇ ਵਿੱਚ ਤੁਸੀਂ ਇਹ ਗੱਲਾਂ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ, ਤੁਸੀਂ 3 ਸਾਲਾਂ ਦੇ ਵਿੱਚ ਕਿਹੜਾ ਖਜ਼ਾਨਾ ਭਰਤਾ? ਖਜ਼ਾਨੇ ਕਦੇ ਭਰਦੇ ਨੇ? ਖਜ਼ਾਨੇ ਲੋਕਾਂ ਦਾ ਪੈਸਾ, ਲੋਕਾਂ ਦੇ ਪੈਸਾ ਲਾਉਣਾ, ਅਸੀਂ ਜਮ੍ਹਾਂ ਕਰਕੇ ਬੈਂਕਾਂ 'ਚ ਥੋੜ੍ਹਾ ਰੱਖਣਾ। ਪਰ ਗੱਲ ਇਹ ਆ ਵੀ ਅੱਜ ਜਿਹੜੀ ਪੰਜਾਬ ਦੀ ਤਰੱਕੀ ਹੈ ਉਹ ਜਿਹੜੀ ਪਿਛਲੇ ਸਮੇਂ ਨਾਲੋਂ, ਜਿੱਥੇ ਜੇ ਅਸੀਂ ਕਹਿ ਸਕਦੇ ਕਿ 100% ਤਰੱਕੀ ਹੋਈ ਸੀ ਤਾਂ ਉਹ ਅੱਜ ਉਹ ਘੱਟ ਕੇ 0 'ਤੇ ਹੈ। ਅੱਜ ਕਿਸੇ ਪਾਸੇ ਕੋਈ ਕੰਮ ਨਹੀਂ ਹੋ ਰਿਹਾ, ਕਿਸੇ ਪਾਸੇ ਕਿਸੇ ਲੋਕਾਂ ਦਾ, ਕੋਈ ਨੌਕਰੀਆਂ ਦਾ, ਕੋਈ ਪਿੰਡਾਂ ਦੇ ਵਿੱਚ ਕਿਸੇ ਪਾਸੇ 1% ਵੀ ਕੋਈ ਤਰੱਕੀ ਦੀ ਗੱਲ ਨਹੀਂ ਹੈ। ਫਿਰ ਵੀ ਤੁਹਾਡੇ ਵੱਲੋਂ ਕੋਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਨਾਲ ਵੀ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਜਾਊ, ਕਿਉਂਕਿ ਵੱਡਾ ਮਾਮਲਾ ਜਿਹੜਾ ਹੈਗਾ ਖੜਿਆਲ ਪਿੰਡ ਦੇ ਵਿੱਚ ਪਹਿਲਾਂ ਵੀ ਕਈ ਜਿਹੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਵੱਡਾ ਰੂਪ ਧਾਰਨ ਕਰਦੀਆਂ ਨਜ਼ਰ ਆਈਆਂ ਨੇ, ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ। ਕੀ ਲੱਗਦਾ ਤੁਹਾਨੂੰ 400 ਪਰਿਵਾਰਾਂ ਨੂੰ ਜਿਹੜਾ ਉਜਾੜਨ ਦੀ ਗੱਲ ਕਹੀ ਜਾ ਰਹੀ ਹੈਗੀ ਆ, ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਗੱਲਬਾਤ ਕਰੋਗੇ ਇਸ ਵਿਸ਼ੇ? ਬਿਲਕੁਲ ਜੀ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਟੈਲੀਫੋਨ 'ਤੇ ਵੀ ਗੱਲ ਹੋਈ ਹੈ ਅਤੇ 26 ਤਰੀਕ ਨੂੰ ਉਹਨਾਂ ਦਾ ਪ੍ਰੋਗਰਾਮ ਵੀ ਹੈ ਅਤੇ ਉਹਦੇ ਵੀ ਅਸੀਂ ਉਹਨਾਂ ਨਾਲ ਇਸ ਮੁੱਦੇ 'ਤੇ ਗੱਲ ਕਰਾਂਗੇ। ਖੜਿਆਲ ਪਿੰਡ ਸਾਡਾ ਪਿੰਡ ਜਿਹੜਾ ਹਮੇਸ਼ਾ ਅਕਾਲੀ ਦਲ ਦਾ ਵੀ, ਸਾਡੇ ਪੁਰਾਣਾ ਪਿਛੋਕੜ ਜਿਹੜਾ ਇਤਿਹਾਸ ਹੈ, ਜੇ ਜ਼ਿਆਦਾਤਰ ਗੁਰਬਖਸ਼ ਸਿੰਘ ਹੋਰਾਂ ਤੋਂ, ਜ਼ਿਆਦਾਤਰ ਆਲਾ ਸਿੰਘ ਹੋਰਾਂ ਤੋਂ, ਹੋਰ ਬਹੁਤ ਲੋਕ ਸਾਡੇ ਪਿੰਡ 'ਚੋਂ ਬੜੇ ਚੰਗੇ ਅਹੁਦਿਆਂ ਦੇ ਵਿਰਾਜਮਾਨ ਰਹੇ ਨੇ। ਸੋ ਇਸ ਪਿੰਡ ਦੀ ਜਿਹੜਾ ਬੜਾ ਵੱਡਾ ਪਿੰਡ ਹੈ ਅਤੇ ਇਸ ਕਰਕੇ ਬਾਕੀ ਜਿਹੜੀ ਹੈ ਹਮੇਸ਼ਾ ਇੱਕ ਸਹਿਯੋਗ ਦਿੰਦਾ ਰਿਹਾ ਕਿਸੇ ਪਾਸੇ ਵੀ ਕਿਸੇ ਤਰੱਕੀ ਦੀ ਗੱਲ ਹੁੰਦੀ ਹੈ, ਅਤੇ ਇਸ ਪਿੰਡ ਦਾ ਵੱਡਾ ਨਾਂ ਹੋਣ ਕਰਕੇ ਅਤੇ ਇੱਥੇ ਜਿਹੜੀ ਹੈ ਪਰਿਵਾਰ ਜਿਹੜੇ 400 ਪਰਿਵਾਰਾਂ ਨੂੰ ਉਜਾੜਨ ਦੀ ਗੱਲ ਹੈ, ਅਸੀਂ 1% ਵੀ ਇਹ ਗੱਲ ਕਹਿੰਦੇ ਕਿ ਇਹ ਬਰਦਾਸ਼ਤ ਨਹੀਂ ਹੋਊਗਾ। ਅਸੀਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਇਹੋ ਜਿਹਾ ਕੋਈ ਕਦਮ ਉਹਨਾਂ ਨੇ ਉਠਾਇਆ ਤਾਂ ਉਹਦੇ ਖਿਲਾਫ਼ ਜਿਹੜਾ ਸਖ਼ਤ ਰੋਸ ਜਿਹੜਾ, ਸਖ਼ਤ ਵਿਦਰੋਹ ਜਿਹੜਾ, ਅਤੇ ਉਹਦੇ ਲਈ ਸਾਨੂੰ ਕਿਸੇ ਵੀ ਲੈਵਲ ਤੱਕ ਜਾਣਾ ਪਵੇ, ਅਸੀਂ ਇਹਨਾਂ ਪਰਿਵਾਰਾਂ ਨੂੰ ਬਚਾਉਣ ਵਾਸਤੇ ਉਹਨਾਂ ਉਸ ਕਦਮ ਲਵਾਂ। ਗੋਲਡੀ ਜੀ, ਇੱਕ ਗੱਲ ਇੱਥੇ ਕਰਨੀ ਬਣਦੀ ਹੈਗੀ ਆ, ਕਿਉਂਕਿ ਦੇਖੋ ਇਹ ਗਰੀਬ ਪਰਿਵਾਰ ਨੇਗੇ, ਕਿਤੇ ਨਾ ਕਿਤੇ ਜਿਹੜੀ ਐਜੂਕੇਸ਼ਨ ਨੂੰ ਲੈ ਕੇ ਵੀ ਘਾਟ ਮਹਿਸੂਸ ਹੁੰਦੀ ਹੈ, ਕਿਉਂਕਿ ਨੌਲੇਜ ਜਿਹੜੀ ਹੈਗੀ ਆ ਇਹਨਾਂ ਪਰਿਵਾਰਾਂ ਦੇ ਵਿੱਚੋਂ ਜ਼ਿਆਦਾਤਰ ਨਹੀਂ ਹੈਗੀ। ਇਸ ਗੱਲ ਨੂੰ ਲੈ ਕੇ ਕਿ ਕੋਈ ਜਿਹੜੀ ਕਾਗਜ਼ੀ ਕਾਰਵਾਈ ਹੈਗੀ ਆ, ਕਾਗਜ਼ੀ ਕਾਰਵਾਈ ਕਰਨ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ? ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਦੇਖੋ ਜਦੋਂ ਇੱਕ ਸਰਪੰਚ ਜਿਹੜੀ ਆ ਪੰਚਾਇਤ ਅੱਜ ਦੇ ਟਾਈਮ ਜਿਹੜੀ ਆ ਦੇਸ਼ ਦੇ ਵਿੱਚ, ਅਸੀਂ ਗੱਲ ਕਰਦੇ ਕਿ ਪੰਚਾਇਤੀ ਰਾਜ ਨੂੰ ਤਕੜਾ ਕਰਨਾ, ਪੰਚਾਇਤੀ ਰਾਜ ਤਕੜੀ ਕਿਵੇਂ ਹੋਊਗੀ? ਪਿੰਡਾਂ ਦੇ ਲੋਕ ਤਕੜੇ ਕਿਵੇਂ ਹੋਣਗੇ ਜਦੋਂ ਅਸੀਂ ਪੰਚਾਇਤਾਂ ਨੂੰ ਅਧਿਕਾਰ ਦੇਵਾਂਗੇ? ਹੁਣ ਪੰਚਾਇਤ ਨੇ ਇੱਕ ਪਲਾਟ ਅਲਾਟ ਕਰਤੇ, ਠੀਕ ਹੈ, ਉਸ ਸਮੇਂ ਦੇ ਵਿੱਚ ਜਦੋਂ ਅਲਾਟ ਕੀਤੇ ਉਦੋਂ ਕਾਗਜ਼ੀ ਕਾਰਵਾਈਆਂ ਘੱਟ ਹੁੰਦੀਆਂ ਸੀਆਂ, ਕਿਤੇ ਨਾ ਕਿਤੇ ਕਿਸੇ ਦੀ ਅੰਦਰਲੇ ਪਾਸੇ ਮਨ ਦੀ ਮਨਸ਼ਾ ਮਾੜੀ ਹੋਣੀ ਆ, ਜਿਹੜੇ ਉੱਪਰ ਬੰਦੇ ਬੈਠੇ ਹੁੰਦੇ ਨੇ ਉਹਨਾਂ ਨੇ ਉਹ ਕਾਗਜ਼ੀ ਕਾਰਵਾਈਆਂ ਨੂੰ ਪੂਰਾ ਨਹੀਂ ਪਾਇਆ। ਪਰੰਤੂ ਜਦੋਂ ਉਸ ਤੋਂ ਬਾਅਦ ਜਦੋਂ ਪਲਾਟ ਆ ਗਏ, ਪਲਾਟ ਚੱਲ ਪਏ, ਪਲਾਟ ਲੈ ਲਏ ਲੋਕਾਂ ਨੇ, ਉਹਨਾਂ 'ਤੇ ਘਰ ਪਾਉਣੇ ਸ਼ੁਰੂ ਕਰਤੇ, ਅੱਜ ਪੰਚਾਇਤ ਨੇ, ਪੰਚਾਇਤ ਲਿਖ ਕੇ ਦਿੰਦੀ ਹੈ ਜਦੋਂ ਕਿ ਇਸ ਘਰ ਦੇ ਵਿੱਚ ਮੀਟਰ ਲਾਇਆ ਜਾਵੇ, ਇਸ ਘਰ ਦੇ ਵਿੱਚ ਪਾਣੀ ਦਾ ਕਨੈਕਸ਼ਨ ਦਿੱਤਾ ਜਾਵੇ, ਇਸ ਘਰ ਦੇ ਮੂਹਰੇ ਜਿਹੜੀਆਂ ਨੇ ਗਲੀਆਂ ਨਾਲੀਆਂ ਬਣਾਈਆਂ ਜਾਣ, ਜਦੋਂ ਉਹ ਪੰਚਾਇਤ ਲਿਖ ਦਿੰਦੀ ਹੈ, ਇਟ ਮੈਨ ਸਮਰੱਥ ਹੈ, ਉਹ ਇੱਕ ਕਾਨੂੰਨੀ ਕਾਗਜ਼ ਬਣ ਗਿਆ। ਪੰਚਾਇਤ ਦਾ ਕਾਗਜ਼ ਜਿਹੜੀ ਹੈ ਲੋਕਾਂ ਦੀ ਚੁਣੀ ਹੋਈ ਪੰਚਾਇਤ ਹੁੰਦੀ ਹੈ, ਜਦੋਂ ਕਾਨੂੰਨੀ ਕਾਗਜ਼ ਬਣ ਗਿਆ ਫਿਰ ਉੱਥੇ ਹੋਰ ਚੀਜ਼ ਦੀ ਜ਼ਰੂਰਤ ਕੀ ਹੈ? ਇਹਦਾ ਮਤਲਬ ਉਹਨਾਂ ਦਾ ਅਧਿਕਾਰ ਬਣਦਾ ਹੈ, ਕਾਗਜ਼ੀ ਤੌਰ 'ਤੇ ਉਹ ਬੰਦੇ ਅਧਿਕਾਰਕ ਤੌਰ 'ਤੇ ਉਹ ਉਹਦੇ ਕਾਬਜ਼ ਨੇ, ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਹੱਕ ਬਣਦਾ।
ਜਦੋਂ ਸਾਰਾ ਕੁਝ ਲੀਗਲੀ ਹੈ ਤੇ ਫਿਰ ਉਹਤੇ ਨਜਾਇਜ਼ ਕਿੱਥੋਂ ਹੋ ਗਿਆ? ਗੋਲੀ ਜੀ, ਪ੍ਰਸ਼ਾਸਨ ਕਿੱਥੇ ਹੈ ਸੰਗਰੂਰ ਦੇ ਵਿੱਚ? ਪ੍ਰਸ਼ਾਸਨ ਹੈ, ਲੱਗਦਾ ਤੁਹਾਨੂੰ ਕਿ ਪ੍ਰਸ਼ਾਸਨ ਨਜ਼ਰ ਆਉਂਦਾ ਹੈਗਾ ਕਿਉਂਕਿ ਐਡਾ ਵੱਡਾ ਹਾਦਸਾ ਸੰਗਰੂਰ ਦੇ ਵਿੱਚ ਵਾਪਰ ਕੇ ਹਟਿਆ। ਜਦੋਂ ਕੋਈ ਘਟਨਾ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ ਤਾਂ ਪ੍ਰਸ਼ਾਸਨ ਵੱਡੀਆਂ ਵੱਡੀਆਂ ਗੱਲਾਂ ਕਰਦਾ, ਪਰ ਲੇਕਿਨ 400 ਪਰਿਵਾਰਾਂ ਨੂੰ ਉਜਾੜਨ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹਜੇ ਤੱਕ ਸਾਹਮਣੇ ਨਹੀਂ ਆਇਆ, ਇਹ ਪਰਿਵਾਰਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਨਹੀਂ ਉਹਨਾਂ ਨੇ ਕਾਇਮ ਕੀਤਾ। ਕੀ ਲੱਗਦਾ ਤੁਹਾਨੂੰ ਸੰਗਰੂਰ ਦੇ ਵਿੱਚ ਪ੍ਰਸ਼ਾਸਨ ਹੈਗਾ? ਸੰਗਰੂਰ 'ਚ ਨਹੀਂ, ਪੂਰੇ ਪੰਜਾਬ 'ਚ ਹੀ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਜਿਹੜੀ ਹੈ ਪੂਰੇ ਪੰਜਾਬ 'ਚ ਤੁਹਾਨੂੰ ਕਿਤੇ ਨਹੀਂ ਮਿਲਦੀ। ਅੱਜ ਸੜਕਾਂ ਦੇ ਉੱਪਰ ਪੁਲਿਸ ਵਾਲਿਆਂ ਨੂੰ ਲੋਕ ਕੁੱਟੀ ਜਾਂਦੇ ਨੇ, ਕਿਤੇ ਗੁੰਡਾਗਰਦੀ ਚੱਲ ਰਹੀ ਹੈ, ਕਿਤੇ ਗੋਲੀਆਂ ਚੱਲ ਰਹੀਆਂ ਨੇ, ਬਹੁਤ ਕੁਛ ਹੋ ਰਿਹਾ। ਅੱਜ ਕੰਟਰੋਲ ਕਿਤੇ ਹੈ ਨਹੀਂ ਪੰਜਾਬ ਦੇ ਵਿੱਚ ਕਿਤੇ ਕੋਈ। ਜਿਹੜੇ 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 ਲੀਡਰ ਲੋਕ ਨੇ ਉਹਨਾਂ ਦਾ ਕੰਮ ਆਪਦੇ ਘਰ ਭਰਨ ਤੋਂ ਲੱਗਿਆ ਹੋਇਆ ਇਹਨਾਂ ਦੇ, ਜਿਹੜੇ ਕਾਂਗਰਸੀ ਲੀਡਰ ਨੇ। ਅਤੇ ਦੂਜੇ ਪਾਸੇ ਜਿਹੜਾ ਇਹੋ ਜਿਹੇ ਜਦੋਂ ਹਾਦਸੇ, ਪਹਿਲਾਂ ਦੇਖੋ ਸਾਡੇ ਫਤਿਹਵੀਰ ਦਾ ਹਾਦਸਾ ਸਾਡੇ ਹੋਇਆ ਬੜਾ ਵੱਡਾ, ਹੁਣ ਲੌਂਗੋਵਾਲ ਜਿਹੜਾ ਬੱਚੀਆਂ ਜਿਹੜੀਆਂ ਸਾਡੇ ਛੋਟੇ ਛੋਟੇ ਬੱਚੇ ਮਾਸੂਮ ਬੱਚੇ ਉਹ ਸਰਕਾਰ ਦੀਆਂ ਨਲਾਇਕੀਆਂ ਕਰਕੇ ਜਿਹੜੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਕੇ ਬੈਠੇ। ਪਰੰਤੂ ਇਹ ਕੀ ਹੈ, 2-4 ਦਿਨ ਦੀ ਇੱਕ ਮੂਵਮੈਂਟ ਚਲਾਉਂਦੇ ਨੇ, ਉਹ ਤੋਂ ਬਾਅਦ ਫਿਰ ਠੰਡੇ ਹੋ ਜਾਂਦੇ ਨੇ, ਫਿਰ ਡਿੱਕੀ ਜਾਂਦੇ ਨੇ ਕੋਈ ਨਵਾਂ ਚੀਜ਼ ਆਊਗੀ ਅਤੇ ਫਿਰ ਉਦੋਂ ਬਾਅਦ ਸ਼ਾਇਦ ਕੋਈ ਅਸੀਂ ਕਰ ਲਈਏ। ਇਹ ਵੀ ਇੱਕ ਇਹੋ ਜਿਹਾ, ਇਹ ਹਾਲ ਜੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਦੇ 'ਤੇ ਅਮਲ ਕੀਤਾ ਜਾਵੇ। ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਨਜਾਇਜ਼ ਕਬਜ਼ਾ, ਸ਼੍ਰੋਮਣੀ ਅਕਾਲੀ ਦਲ ਕਦੇ ਪ੍ਰੋੜਤਾ ਨਹੀਂ ਕਰਦਾ ਇਸ ਗੱਲ ਦੀ, ਪਰੰਤੂ ਜਿਹੜੇ ਬੰਦਿਆਂ ਦਾ ਹੱਕ ਬਣਦਾ, ਜਿਹੜੇ ਬੰਦਿਆਂ ਨੂੰ ਤੁਸੀਂ ਲੀਗਲੀ ਕਾਗਜ਼ੀ ਪੱਤਰੀ ਤੁਸੀਂ ਉਹਨਾਂ ਨੂੰ ਕਾਬਜ਼ ਕੀਤਾ, ਕਾਗਜ਼ੀ ਪੱਤਰੀ ਉਹਨਾਂ ਨੂੰ ਪਲਾਟ ਦਿੱਤੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਬਿਜਲੀ ਦੇ ਮੀਟਰ ਲਾ ਕੇ ਉਹਨਾਂ ਨੂੰ ਲੀਗਲ ਤੌਰ 'ਤੇ ਤੁਸੀਂ ਉਹਦਾ ਹੱਕ ਦਿੱਤਾ, ਤਾਂ ਉਸ ਚੀਜ਼ 'ਤੇ ਜਿਹੜਾ ਉਹਨਾਂ ਲੋਕਾਂ ਨੂੰ ਉਜਾੜਨ ਦਾ ਕੋਈ ਮਤਲਬ ਨਹੀਂ ਬਣਦਾ। ਸਰਕਾਰ ਨੂੰ ਇਹਦੇ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਅਤੇ ਅੱਜ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਇਸ ਗੱਲ ਦੇ ਵਿੱਚ ਧਿਆਨ ਦੇ ਕੇ ਜਿਹੜਾ ਇਹ ਮਸਲੇ ਨੂੰ ਹੱਲ ਕਰਾਉਣਾ ਚਾਹੀਦਾ। ਕੀ ਲੱਗਦਾ, ਸਮਾਂ ਰਹਿੰਦੇ ਹੀ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਨੂੰ ਵੀ ਇਹਦੇ ਉੱਪਰ ਗੌਰ ਕਰਨੀ ਚਾਹੀਦੀ ਹੈਗੀ? ਬਿਲਕੁਲ ਜੀ, ਮੈਂ ਡੀਸੀ ਸੰਗਰੂਰ ਨੂੰ, ਡੀ ਸੀ ਸਾਹਿਬ ਨੂੰ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਮੰਤਰੀ ਵੀ ਬਹੁਤ ਨੇ, ਸਾਡੇ ਇਲਾਕੇ 'ਚ MLA ਵੀ ਬਹੁਤ ਨੇ ਕਾਂਗਰਸ ਦੇ, ਉਹਨਾਂ ਸਾਰਿਆਂ ਨੂੰ ਕਹੂੰਗਾ ਕਿ ਰਾਜਨੀਤਿਕ ਤੋਂ ਹਟ ਕੇ, ਕਿਉਂਕਿ ਗਰੀਬ ਪਰਿਵਾਰ ਜਿਹੜੇ ਨੇ ਜਿਨ੍ਹਾਂ ਦੇ ਘਰਾਂ 'ਚ ਬੰਦੇ ਦਾ ਘਰ ਹੀ ਉੱਜੜ ਗਿਆ, ਉਹਦੇ ਰਹਿ ਕੀ ਜਾਂਦਾ ਪੱਲੇ। ਸੋ ਇਹਨਾਂ ਦੇ ਦਰਦ ਨੂੰ ਸਮਝਦੇ ਹੋਏ ਆਪਣੀ ਰਾਜਨੀਤੀ ਨੂੰ ਛੱਡ ਕੇ ਇਹਨਾਂ ਚੀਜ਼ਾਂ ਨੂੰ, ਇੱਕ ਇਹ ਹੈ ਕਿ ਪਰਿਵਾਰਾਂ ਨੂੰ ਵਸਣ ਦਾ ਕੰਮ ਕਰਾਓ, ਪਰਿਵਾਰਾਂ ਨੂੰ ਉਜਾੜਨ ਦਾ ਕੰਮ ਨਾ ਕਰਾਓ। ਕਾਂਗਰਸ ਪਹਿਲਾਂ ਵੀ ਪੰਜਾਬ ਨੂੰ ਬਹੁਤ ਉਜਾੜ ਚੁੱਕੀ ਹੈ, ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਪਰਿਵਾਰਾਂ ਨੂੰ ਵਸਾਓ। ਜੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਲਈਏ ਜਾਂ ਲੀਡਰਾਂ ਦੀ ਗੱਲ ਕਰ ਲਈਏ, ਤਾਂ ਲੀਡਰ ਕਈ ਵਿਆਹ ਸਮਾਗਮਾਂ ਦੇ ਵਿੱਚ ਜਾਂ ਕਈ ਪਾਰਟੀਆਂ ਦੇ ਵਿੱਚ ਅਸੀਂ ਦੇਖਿਆ, ਅਸੀਂ ਕਵਰ ਵੀ ਕੀਤੇ ਨੇ ਕਈ ਪ੍ਰੋਗਰਾਮ, ਤਾਂ ਉੱਥੇ ਇਕੱਠੇ ਹੁੰਦੇ ਨੇਗੇ, ਤਾਂ ਜਿਹੜੇ ਇਹੋ ਜਿਹੇ ਮਾਮਲੇ ਹੁੰਦੇ ਨੇਗੇ, ਕੀ ਮੰਨਦੇ ਹੋ ਤੁਸੀਂ ਵੀ ਉੱਥੇ ਵੀ ਜਿਹੜਾ ਹੈਗਾ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਸਿਆਸੀ ਲੋਕਾਂ ਨੂੰ ਇੱਕ ਮੰਚ ਦੇ ਇਕੱਠੇ ਹੋ ਕੇ ਜਿਹੜੇ ਦਲਿਤ ਵਰਗ ਦੇ ਲੋਕ ਨੇ ਜਾਂ ਕੋਈ ਦਵੇ ਕੁਚਲੇ ਲੋਕ ਨੇ ਉਹਨਾਂ ਦੀ ਮਦਦ ਕਰਨ ਲਈ ਇਕੱਠੇ ਹੋਣਾ ਚਾਹੀਦਾ? ਬਿਲਕੁਲ, ਮੈਂ ਇੱਥੇ ਵੀ ਗੱਲ ਕਹਿਣਾ, ਜਦੋਂ ਹੁਣ ਲੌਂਗੋਵਾਲ ਦਾ ਹਾਦਸਾ ਹੋਇਆ, ਚਾਹੇ ਫਤਿਹਵੀਰ ਦਾ ਹਾਦਸਾ ਹੋਇਆ ਸੀ, ਚਾਹੇ ਇਹ ਕੱਲ੍ਹ ਨੂੰ ਜਿਹੜੀ ਹੈ ਸਾਡੀ ਇਹ ਕੰਮ ਜਿਹੜਾ ਪਿੰਡ ਦੇ ਵਿੱਚ ਚੱਲ ਰਿਹਾ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਅਤੇ ਸਰਕਾਰ ਦੇ ਜਿਹੜੇ ਵਿਰੋਧੀ ਲੋਕ ਨੇ, ਇਹਨਾਂ ਇਹ ਇੱਕ ਜਿਹੜੇ ਕਾਮਨ ਇਸ਼ੂ ਨੇ ਲੋਕਾਂ ਦੇ, ਜਿਹੜੇ ਲੋਕਾਂ ਤੱਕ ਸੀਮਦੇ, ਪਰੰਤੂ ਇੱਥੇ ਜਿਹੜਾ ਇਹਨਾਂ ਪਲੇਟਫਾਰਮ 'ਤੇ ਇਕੱਠਾ ਜ਼ਰੂਰ ਹੋਣਾ ਚਾਹੀਦਾ, ਅਨਡਾਊਟਲੀ ਇਕੱਠਾ ਹੋਣੀ। ਜੇ ਗਲਤੀ ਸਰਕਾਰ ਦੀ ਹੈ ਤਾਂ ਉਹਨਾਂ 'ਚ ਹਿੰਮਤ ਹੋਣੀ ਚਾਹੀਦੀ ਹੈ ਕਿ ਆਪਣੀ ਸਰਕਾਰ ਨੂੰ ਉਹ ਲੀਡਰ ਕਹਿ ਸਕਣ ਕਾਂਗਰਸੀ, ਫਿਰ ਇਕੱਠਾ ਹੋ ਸਕਦਾ। ਜਦੋਂ ਤੁਸੀਂ ਇੱਕ ਦੂਜੇ ਦੇ ਖਿਲਾਫ ਜੇ ਕਹੋਗੇ ਜੀ ਅਸੀਂ ਸਹੀ ਹਾਂ, ਅਸੀਂ ਵਿਰੋਧੀ ਤਰਕਾ, ਅਸੀਂ ਸਹੀ ਹਾਂ, ਤਾਂ ਉਦੋਂ ਤੱਕ ਇਹ ਸਹੀ ਨਹੀਂ ਹੋ ਸਕਦਾ। ਜਦੋਂ ਤੁਸੀਂ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ, ਸੋ ਪਲੇਟਫਾਰਮ 'ਤੇ ਇਕੱਠੇ ਉਹਨੂੰ ਅਕਾਲੀ ਦਲ ਤਾਂ ਹਮੇਸ਼ਾ ਪੰਜਾਬ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਲਈ ਗੱਲ ਕਰਦਾ। ਅਤੇ ਅਸੀਂ ਜਿਹੜੇ ਉਹ ਲੋਕ ਨੇ, ਕਾਂਗਰਸ ਨੂੰ ਇਹ ਸੋਚਣਾ ਚਾਹੀਦਾ, ਅੱਜ ਦੀ ਸਰਕਾਰ ਹੈ ਮੌਜੂਦਾ ਇਹਨਾਂ ਦੀ ਸਰਕਾਰ ਦੇ ਵਿੱਚ, ਜਿਹਦੀ ਸਰਕਾਰ ਹੈ ਉਹਨੂੰ ਸਭ ਤੋਂ ਪ੍ਰਾਇਓਰਟੀ ਜਿਹੜੀ ਹੈ ਪਹਿਲ ਉਹਨੂੰ ਕਰਨੀ ਚਾਹੀਦੀ ਹੈ ਕੰਮਾਂ ਵਾਸਤੇ। ਸੱਜ ਅਸੀਂ ਤਾਂ ਕਹਿੰਦੇ ਹਾਂ ਕਿ ਖੁੱਲ੍ਹੇ ਮੰਚ 'ਤੇ ਆਓ, ਜਿਹੜੇ ਇਹ ਲੋਕ ਨੇ, ਗਰੀਬ ਪਰਿਵਾਰ ਨੇ, ਜਿਹੜੇ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ, ਉਹਨਾਂ ਨੂੰ ਇਸ ਧੱਕੇ ਤੋਂ ਬਚਾਓ। ਸੋ ਇਹ ਸਨ ਵਿਨਰਜੀਤ ਸਿੰਘ ਗੋਲਟੀ,
PRTC ਦੇ ਸਾਬਕਾ ਚੇਅਰਮੈਨ ਸੰਗਰੂਰ ਤੋਂ, ਜਿਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਵੀ ਇਸ ਵਿਸ਼ੇ ਦੇ ਉੱਪਰ ਜਿਹੜੀ ਗੱਲਬਾਤ ਕੀਤੀ ਜਾਊਗੀ, ਕਿਉਂਕਿ ਉਹ ਮਾਮਲਾ ਜਿਹੜਾ ਹੈਗਾ ਭਖਦਾ ਨਜ਼ਰ ਆ ਰਿਹਾ। ਪਰ ਲੇਕਿਨ ਇਹਨਾਂ ਨੇ ਇੱਥੇ ਇਹ ਵੀ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਹੀ ਸਿਆਸੀ ਲੋਕਾਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਇਹਨਾਂ ਪਰਿਵਾਰਾਂ ਦੇ ਨਾਲ ਖੜ੍ਹਨਾ ਚਾਹੀਦਾ। ਔਰ ਅਸੀਂ ਵੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਤਾਂ ਜੋ ਸੰਗਰੂਰ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਜਿਹੜਾ ਉਹ ਨਾ ਵਾਪਰੇ। ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ, ਸੰਗਰੂਰ।